ਭਵਿੱਖ ਲਈ ਮਾਪੇ ਕੀ ਕੁਝ ਨਹੀਂ ਕਰਦੇ। ਇਸੇ ਤਰ੍ਹਾਂ ਦੀ ਹੀ ਮਹਿਲਾ ਮੀਨੂ ਜੋ ਆਪਣੇ ਬੱਚਿਆਂ ਨੂੰ ਕੁਝ ਬਣਾਉਣਾ ਚਾਹੁੰਦੀ ਸੀ ਪਰ ਘਰ ਦੇ ਹਾਲਾਤ ਸਹੀ ਨਾ ਹੋਣ ਕਰਕੇ ਤੇ ਘਰ ਵਾਲਾ ਪਿਛਲੇ 6 ਸਾਲਾਂ ਤੋਂ ਬਿਮਾਰ ਹੋਣ ਕਰਕੇ ਉਸਨੇ ਅਜਿਹਾ ਕਦਮ ਚੁੱਕਿਆ ਕਿ ਹਰ ਪਾਸੇ ਲੋਕ ਉਸਦੀ ਪ੍ਰਸ਼ੰਸਾ ਕਰ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਮੀਨੂ ਨੇ ਬੱਚਿਆਂ ਦੇ ਭਵਿੱਖ ਬਾਰੇ ਸੋਚਦੇ ਹੋਏ ਇੱਕ ਢਾਬਾ ਖੋਲ੍ਹਿਆ ਹੈ ਜਿਸ ਵਿੱਚ ਉਹ ਅਣਥੱਕ ਮਿਹਨਤ ਕਰਕੇ ਕੰਮ ਕਰਦੀ ਹੈ। ਉਸਦੀ ਇਸ ਮਿਹਨਤ ਸਦਕਾ ਅੱਜ ਉਸਦੇ ਬੇਟੇ ਨੇ BSc ਕਰ ਲਈ ਹੈ। ਇਸ ਤੋਂ ਇਲਾਵਾ ਮੀਨੂ ਨੂੰ ਪੁੱਛਣ 'ਤੇ ਉਸਨੇ ਦੱਸਿਆ ਕਿ ਉਸਦਾ ਪਤੀ ਤਾਂ ਪਿਛਲੇ 6 ਸਾਲਾਂ ਤੋਂ ਬਿਮਾਰ ਹੈ ਪਰ ਉਸਦੀ ਵੀ ਸਿਹਤ ਠੀਕ ਨਹੀਂ ਰਹਿੰਦੀ, ਪਰ ਬੱਚੇ ਵੱਲ ਵੇਖਦੇ ਹੋਏ ਉਸ ਵਿੱਚ ਕੰਮ ਕਰਨ ਦੀ ਹਿੰਮਤ ਆ ਜਾਂਦੀ ਹੈ। ਜਦ ਉਸਦੇ ਕੰਮ ਬਾਰੇ ਉਸ ਕੋਲੋਂ ਪੁੱਛਿਆ ਗਿਆ ਤਾਂ ਮੀਨੂ ਨੇ ਹੋਰ ਕੀ ਕਿਹਾ, ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਹਸਬੈਂਡ ਸਬਜ਼ੀ ਦਾ ਕੰਮ ਕਰਦੇ ਆ, ਮਤਲਬ ਵੀ ਮੈਂ ਉਹਦਾ ਹੀ ਨਾ, ਮਤਲਬ ਲੱਤ ਤਾਂ ਕਮਜ਼ੋਰ ਨਾ, ਨਹੀਂ ਨਾ ਕਰ ਸਕਦੇ, ਥੋੜ੍ਹਾ ਬਹੁਤਾ ਕਰਦੇ ਆ, ਪਰ ਉਹਦੇ ਨਾਲ ਗੁਜ਼ਾਰਾ ਨਹੀਂ ਸਾਡਾ ਹੋ ਸਕਦਾ। ਇਸ ਕਾਰਨ ਮੈਂ ਬਾਹਰ ਨਿਕਲੀ, ਮੈਂ ਬੱਚਿਆਂ ਨੂੰ ਆਪਣਿਆਂ ਨੂੰ ਪੜ੍ਹਾਉਣਾ ਚਾਹੁੰਦੀ ਸੀ ਅਤੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਰਨ ਮੈਂ ਬਾਹਰ ਨਿਕਲ ਕੇ ਅਤੇ ਇਹ ਕੰਮ ਸ਼ੁਰੂ ਕੀਤਾ। ਇਸ ਕਾਰਨ ਮੈਂ ਬੱਚਾ ਮੇਰਾ ਇਸ ਲਈ BSc ਕਰ ਲਈ ਹੈ ਅਤੇ ਮਤਲਬ ਵੀ ਹੁਣ ਫ੍ਰੀ ਫਿਰਨ ਡਿਆ, ਜੇ ਅੱਗੇ ਨਹੀਂ ਪੜ੍ਹਨਾ ਪੜ੍ਹਿਆ, ਬਸ ਕਹਿੰਦਾ ਮੈਂ ਅੱਗੇ ਮੈਂ ਹੁਣ ਜੋਬ ਵਗੈਰਾ ਕਰਨਾ ਚਾਹੁੰਦਾ, ਪਰ ਇਹ ਜੋਬ ਅਪਲਾਈ ਕਰਨ ਡਿਆ ਪਰ ਕੋਈ ਅਜੇ ਕਿਸੇ ਪਾਸੇ ਮਿਲੀ ਨਹੀਂ ਹੈਗੀ। ਬੇਟੀ ਹੈ, ਬੇਟੀ ਨੇ ਪਲੱਸ ਟੂ ਕਰ ਲਈ ਹੈ, BA ਕਰਦੀ ਪਈ ਹੈ, BA ਵਿੱਚ ਪੈ ਗਈ ਹੈ, ਕੋਲਜ ਜਾਣ ਡਈ ਹੈ। ਬਸ ਘਰ ਦਾ ਖਰਚਾ ਬੜਾ ਸੋਹਣਾ ਚੱਲ ਰਿਹਾ, ਬੱਚਿਆਂ ਨੂੰ ਪੜ੍ਹਾਉਣ ਡਈ ਹਾਂ, ਸਭ ਕੁਛ ਬੜਾ ਸੋਹਣਾ ਮਾਤਾ ਰਾਣੀ ਦੀ ਕਿਰਪਾ ਆ ਅਤੇ ਬਸ ਮੈਂ ਹੋਰ ਬਸ ਬਹੁਤਾ ਚਾਹੁੰਦੀ ਵੀ ਨਹੀਂ, ਬਸ ਇੰਨਾ ਹੀ ਚਾਹੁੰਦੀ ਹਾਂ ਵੀ ਮੇਰੇ ਬੱਚੇ ਇਸ ਕਾਬਲ ਬਣ ਸਕਣ ਵੀ ਆਪਣੇ ਪੈਰਾਂ 'ਤੇ ਸਟੈਂਡ ਹੋ ਜਾਣ। ਨਹੀਂ ਕੋਈ ਨਹੀਂ, ਕੋਈ ਨਹੀਂ ਮਦਦ ਕਰਦਾ, ਬਸ ਆਪਣੇ ਹੀ ਪੈਰਾਂ 'ਤੇ ਆ, ਆਪੇ ਹੀ ਕਰਕੇ ਅਤੇ ਗੁਜ਼ਾਰਾ ਕਰਨ ਡੇ ਆ। ਘਰ ਵਿੱਚੋਂ ਬਸ ਬੱਚਿਆਂ ਨੇ ਹੀ ਮਨਾ ਕੀਤਾ ਵੀ ਮੰਮਾ ਜਾਂ ਠੀਕ ਨਾ ਹੋਈਏ ਤਾਂ ਮੰਮਾ ਨਾ ਰਹਿਣ ਦਿਉ, ਪਰ ਮੰਮਾ ਨੂੰ ਨਹੀਂ ਨਾ, ਮੰਮਾ ਨੂੰ ਅੱਗੇ ਵੀ ਲੱਭਦਾ ਵੀ ਕਰਨਾ ਆ, ਕਮਾਉਣਾ ਕਮਾਵਾਂਗੀ ਅਤੇ ਬੱਚਿਆਂ ਨੂੰ ਪੜ੍ਹਾਵਾਂਗੀ, ਬੱਚਿਆਂ ਦੀਆਂ ਫੀਸਾਂ ਕਿੱਥੋਂ ਦੇਵਾਂਗੀ, ਬੜਾ ਕੁਛ ਸੋਚ ਕੇ ਬਾਹਰ ਨਿਕਲਣਾ ਪੈਂਦਾ, ਦਵਾਈ ਦਵੂਈ ਖਾ ਕੇ ਬਾਹਰ ਨਿਕਲ ਆਉਂਦੀ ਹਾਂ। ਡੋਲਦਾ ਵੀ ਪਰ ਬੱਚਿਆਂ ਦੇਖ ਕੇ ਫਿਰ ਮਜ਼ਬੂਤ ਹੋ ਜਾਂਦਾ, ਪਰ ਨਹੀਂ ਕਈ ਵਾਰ ਡੋਲਦਾ ਵੀ ਮੰਮਾ ਨਾ ਸੜ ਦਈਏ ਇਹ ਕੰਮ ਕਰਨਾ, ਕੀ ਆਪਣਾ ਸਰੀਰ ਹੀ ਨਹੀਂ ਚੱਲ ਰਿਹਾ ਤਾਂ ਕੰਮ ਕੀ ਕਰਨਾ। ਜਦੋਂ ਬੱਚਿਆਂ ਵੱਲ ਵੇਖਦੀ ਹਾਂ ਫਿਰ ਹਿੰਮਤ ਆ ਜਾਂਦੀ ਹੈ, ਨਹੀਂ ਆਪੇ ਤਾਂ ਬੜਿਆ ਹੀ ਕਰ ਲਿਆ, ਆਪੇ ਕੱਢ ਲਈ ਜ਼ਿੰਦਗੀ ਜਿੰਨੀ ਹੈ ਅੱਗੇ ਹੈ ਜਾਂ ਨਹੀਂ ਹੈਗੀ, ਪਰ ਹੁਣ ਅੱਗੇ ਮੈਂ ਬੱਚਿਆਂ ਨੂੰ ਆਪਣੇ ਇੰਨੇ ਕਾਬਲ ਬਣਾ ਲਾ ਵੀ ਆਪਣਾ ਇਹ ਪੈਰਾਂ 'ਤੇ ਖੜ੍ਹੇ ਹੋ ਸਕਣ, ਆਪੇ ਕਮਾ ਸਕਣ, ਖਾ ਸਕਣ, ਅਤੇ ਇਹੋ ਜਿਹੀ ਨਹੀਂ ਨੌਬਤ ਆ। ਉਹ ਗਲਤ ਨਹੀਂ ਨਾ ਚੁਣਨਾ ਚਾਹੀਦਾ, ਗਲਤ ਹੈ ਉਹ, ਇਹਦੇ ਨਾਲ ਤਾਂ ਬੰਦਾ ਆਪਣੇ ਕਹਿੰਦੇ ਨਾ ਕੁਛ ਖਾ ਕੇ ਮਰ ਜੇ ਵਧੀਆ ਆ, ਮੇਰੀ ਤਾਂ ਸੋਚ ਇਹ ਆ, ਪਰ ਠੀਕ ਹੈ ਇਹਦੇ ਨਾਲ ਮਿਹਨਤ ਕਰ ਲਓ, ਮਿਹਨਤ ਵਿੱਚ ਥੋੜ੍ਹੇ ਹੀ ਕਮਾ ਕੇ ਥੋੜ੍ਹੇ ਵਿੱਚ ਹੀ ਗੁਜ਼ਾਰਾ ਕਰਨਾ ਸੀ, ਉਹਦੇ ਨਾਲ ਬੱਚੇ ਸਾਡੇ ਚੰਗੇ ਪਾਸੇ ਜਾਣਗੇ, ਚੰਗੀ ਰਾਹ ਚੁਣਨਗੇ। ਜੇ ਅਸੀਂ ਖੁਦ ਹੀ ਗਲਤ ਰਾਹ ਚੁਣ ਲਈਏ ਅਸੀਂ ਬੱਚਿਆਂ ਨੂੰ ਕਿੱਦਾਂ ਰੋਕ ਸਕਦੇ ਹਾਂ, ਬੱਚੇ ਗਲਤ ਪਾਸੇ ਹੀ ਜਾਣਗੇ ਫਿਰ। ਮਨ ਵਿੱਚ ਮਤਲਬ ਵੀ ਮੈਨੂੰ ਇਹ ਕੁਕਿੰਗ ਦਾ ਕੰਮ ਆਉਂਦਾ ਹੀ, ਇਸ ਕਾਰਨ ਮੈਂ ਕਰਨਾ ਸ਼ੁਰੂ ਕਰਤਾ, ਅਤੇ ਇਹਦੇ ਨਾਲ ਇਹੀ ਵੀ ਚਲੋ ਬੱਚੇ ਹੋਰ ਨਹੀਂ ਪਾਲ ਸਕਦੇ ਆ।